ਬਿੱਲਾ ਇਮਨ ਸ਼ੈਤਵਾਨ ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਤੁਸੀਂ ਵੇਖ ਰਹੇ ਜੀ ਓਕਾੜਾ ਐਨੀਮਲ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਰਾਏ ਸਾਕਬ ਅਲੀ। ਜਿਸ ਤਰ੍ਹਾਂ ਕਿ ਓਕਾੜਾ ਐਨੀਮਲ ਟੀ ਵੀ ਦੀ ਟੀਮ ਕੋਸ਼ਿਸ਼ ਕਰਦੀ ਤੁਹਾਡੇ ਲਈ ਅੱਛੇ ਜਾਨਵਰ ਵਹਾਏ ਜਾਣ, ਅਤੇ ਇਨਸ਼ਾਅੱਲਾ ਤਾਲਾ ਬਾਹਰ 'ਚ ਫਿਰ ਕੇ ਤੁਹਾਡੇ ਲਈ ਜਾਨਵਰ ਲੱਭੀਂਦੇ ਨੇ ਜਿਹੜੀ ਚੀਜ਼ ਆਪਦੇ ਦਿਲ ਨੂੰ ਅੱਛੀ ਲੱਗਦੀ ਹੈ, ਅਤੇ ਅਸੀਂ ਕੈਮਰੇ ਦੀ ਨਜ਼ਰ ਕਰਦੀ ਦੀ ਕਿਉਂਕਿ ਤੁਹਾਡੇ ਸ਼ੌਂਕ ਹੀ ਪਕਾਈਂਦੇ ਨੇ। ਜਿਹੜੇ ਲੋਕ ਦੂਰ ਬੈਠੇ ਨੇ ਉਹਨਾਂ ਨੂੰ ਜਾਨਵਰ ਵਹਾਈਂਦੇ ਨੇ ਇਨਸ਼ਾਅੱਲਾ ਤਾਲਾ। ਬਾਕੀ ਜੋ ਗੱਲਾਂ ਬਾਤਾਂ ਹੋਣਗੀਆਂ ਮਾਲਕ ਨਾਲ ਹੋਣਗੀਆਂ, ਅਤੇ ਜਿਹੜਾ ਕੁਛ ਵੀ ਹੈ ਤੁਹਾਡੇ ਸਾਹਮਣੇ ਹੋਵੇਗਾ ਕੈਮਰੇ ਦੀਆਂ ਅੱਖਾਂ ਦੇ। ਅੱਜ ਅਸੀਂ ਪਹੁੰਚੇ ਹਾਂ ਜਨਾਬ ਤਹਿਸੀਲ ਵਾ ਜ਼ਿਲ੍ਹਾ ਸਾਹੀਵਾਲ, ਚੱਕ ਨੰਬਰ 64 4R। ਇਹ ਜੀ ਨੂਰਸ਼ਾਹ ਦਾ ਇਲਾਕਾ ਹੈ, ਅਤੇ ਮਾਸ਼ਾਅੱਲਾ ਜੀ ਨੂਰਸ਼ਾਹ ਦਾ ਇਲਾਕਾ ਜਿਹੜਾ ਬੜਾ ਮੰਨਿਆ ਜਾਂਦਾ ਪੂਰੇ ਪਾਕਿਸਤਾਨ 'ਚ। ਇਹ ਜੂਨ ਦੀ ਮੱਝ ਜਿੱਥੇ ਵੀ ਜਾਂਦੀ ਹੈ ਆਪਦੇ ਇਲਾਕੇ ਦਾ ਨਾਂ ਹੀ ਰੌਸ਼ਨ ਕਰਦੀ ਹੈ। ਅਲਹਮਦੁਲਿਲਾ ਅੱਜ ਜਨਾਬ ਅਸੀਂ ਭਾਈ ਅਕਰਮ ਕੋਲ ਪਹੁੰਚੇ, ਉਹਨਾਂ ਕੋਲ ਤੀਸਰਾ ਵਾਰਾ ਸੂਈ ਮੱਝ ਹੈ, ਅਤੇ ਮੱਝ ਦੇ ਦਰਸ਼ਨ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਵਹਾਏਗਾ। ਵਹਾਓ ਜੀ ਕੈਮਰਾਮੈਨ ਸਾਹਿਬ। ਭਾਈ ਅਕਰਮ ਖੜੀ ਰਹਿਣ ਦਿਓ, ਮੱਝ ਖੜੀ ਰਹਿਣ ਦਿਓ, ਖੜੀ ਰਹਿਣ ਦਿਓ। ਮਾਸ਼ਾਅੱਲਾ ਜੀ ਪੂਰੀ ਕੋਠੇ ਜਿੱਡੀ ਮੱਝ ਹੈ ਜਨਾਬੇ ਵਾਲੀ, ਅਤੇ ਬਕਾਇਆ ਵਹਾਉਣ ਵਾਲੀਆਂ ਤੁਹਾਨੂੰ ਪੂਰੀਆਂ ਤਸੱਲੀਆਂ ਕਰਾ ਦਿਆਂਗੇ। ਲੈ ਕੇ ਚੱਲੋ ਭਾਈ ਅਕਰਮ ਅੱਗੇ, ਅਤੇ ਬਾਕੀ ਮਾਲਕ ਕੋਲੋਂ ਪੁੱਛਾਂਗੇ ਵੀ ਕਿੰਨੇ ਦਿਨਾਂ ਦੀ ਸੂਈ ਹੈ, ਕੀ ਹਿਸਾਬ ਕਿਤਾਬ ਹੈ ਇਹਦਾ। ਇੱਕ ਹੱਡੀ ਦੀ ਮੱਝ ਹੈ ਜਨਾਬ, ਪਿਓਰ ਨੀਲੀ ਦੀ, ਠੀਕ ਹੈ। ਜੋ ਕੁਛ ਵੀ ਇਹ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ, ਅਤੇ ਜਨਾਬੇ ਵਾਲੀ ਟੁਰਨ ਫਿਰਨ ਵੀ ਤੁਹਾਨੂੰ ਵਹਾ ਰਹੇ ਹਾਂ। ਭਾਈ ਅਕਰਮ ਰੋਕੋ, ਠੀਕ ਹੋ ਗਿਆ। ਮਾਸ਼ਾਅੱਲਾ ਜੀ ਸੋਹਣਾ ਲਿਬਾਸ ਹੈ, ਜੋ ਕੁਛ ਵੀ ਹੈ ਮੇਰੇ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਜਨਾਬ, ਬੜਾ ਸੋਹਣਾ ਲਿਬਾਸ, ਥਣ ਬੜਾ ਸੋਹਣਾ ਜਨਾਬੇ ਵਾਲੀ, ਠੀਕ ਹੈ ਕਿ ਨਹੀਂ। ਜੋ ਕੁਛ ਵੀ ਹੈ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ, ਅਤੇ ਬਾਕੀ ਜੋ ਵੀ ਨਸਲ ਜ਼ਾਤ ਪਾਤ ਥਣ ਵੀ ਆਪੋ ਆਪ ਬਿਰਲਾਂ ਦੇ ਵਿੱਚ ਨੇ। ਅਤੇ ਅੱਛਾ ਭਾਈ ਅਕਰਮ, ਇਹ ਕਿਹੜੀ ਨਸਲ ਹੈ ਜਨਾਬ? ਨੀਲੀ ਦੀ ਹੈਗੀ ਭਾਈ ਜੀ। ਨੀਲੀ ਦੀ ਹੈ, ਹਾਂਜੀ। ਚਲੋ ਬੰਨੋ ਹਾਂ, ਅਤੇ ਇਹਦੀ ਚੁਆਈ ਵੀ ਜਨਾਬੇ ਵਾਲੀ ਤੁਹਾਨੂੰ ਵਹਾ ਦਿਆਂਗੇ, ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਤਾਂ ਇਨਸ਼ਾਅੱਲਾ ਤਾਲਾ ਉਹਨੂੰ ਲੈ ਕੇ ਦਿਆਂਗੇ। ਅਤੇ ਕਿੰਨੇ ਦਿਨਾਂ ਦੀ ਸੂਈ ਪਾਈ ਜਾਣ? ਸੂਈ ਲਾ ਜਾਓਗੇ ਨੇ 8 ਦਿਨ ਭਾਈ ਜੀ। 8 ਦਿਨ ਹੋ ਗਏ ਨੇ ਥੱਲੇ, ਕੀ ਇਹ ਕੱਟਾ ਹੈ? ਠੀਕ ਹੋ ਗਿਆ, ਇਹਨੂੰ ਬੰਨੋ, ਇੱਥੇ ਭਾਵੇਂ ਬੰਨ ਲਓ ਅਤੇ ਬਾਹਰ ਉੱਥੇ ਲੈ ਕੇ ਚੱਲਣੀ ਜੀ। ਅੱਛਾ ਜਨਾਬ, ਬਕਾਇਆ ਵਿੱਚੇ ਤੁਹਾਨੂੰ ਚਵਾਈ ਵਹਾਵਾਂਗੇ, ਅਤੇ ਮਾਲਕ ਕੀ ਡਿਮਾਂਡ ਸ਼ਿਮਾਂਡ ਕਰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਠੀਕ ਹੋ ਗਿਆ, ਮਾਸ਼ਾਅੱਲਾ ਬੜਾ ਸੋਹਣਾ ਲਿਬਾਸ ਹੈ ਜਨਾਬ, ਅਤੇ ਜੋ ਕੁਛ ਵੀ ਹੈ ਮੇਰੇ ਕੈਮਰੇ ਦੀ ਅੱਖਾਂ ਦੇ ਸਾਹਮਣੇ। ਬੰਨ ਦਿਓ, ਬੰਨ ਲਓ ਕੋਈ ਨਹੀਂ, ਅਤੇ ਬਾਕੀ ਮਾਲਕ ਨਾਲ ਕਰਾਂਗੇ ਗੱਲਾਂ ਵੀ ਡਿਮਾਂਡ ਸ਼ਿਮਾਂਡ ਕਰਦੇ ਨੇ ਭਾਈ ਜਾਨ। ਚਵਾਈ ਵੀ ਵਿੱਚ ਹੀ ਬਹਾਣੀ ਹੈ, ਲੈ ਆਓ। ਬ੍ਰੇਕ ਲਾਓ, ਸਟਾਰਟ ਕਰਾਂ ਜਨਾਬ। ਚਵਾਈ ਵੀ ਤੁਹਾਨੂੰ ਵਿੱਚ ਹੀ ਬਹਾਵਾਂਗੇ, ਮਾਸ਼ਾਅੱਲਾ ਕੱਦ ਬੜਾ ਹੈ ਮੱਝ ਦਾ, ਅਤੇ ਬਾਕੀ ਜੋ ਕੁਛ ਵੀ ਹੈ ਕੈਮਰੇ ਦੀ ਅੱਖਾਂ ਦੇ ਸਾਹਮਣੇ। ਮਾਸ਼ਾਅੱਲਾ ਜੀ ਲੋਕੇਸ਼ਨ ਆਪੋ ਆਪ ਵਿਰਲਾਂ ਦੇ ਵਿੱਚ ਖਾਣ ਨੇ। ਠੀਕ ਹੋ ਗਿਆ, ਬਾਲਟੀ ਚੈੱਕ ਕਰਾਓ, ਚਲੋ ਮਾਰੋ ਤਾਰ ਇੱਕ ਇੱਕ। ਚੋਵੋ ਕੀ ਹੋ ਗਿਆ?
ਹਾਂਜੀ ਮਾਸ਼ਾਅੱਲਾ ਜੀ ਚਵਾਈ ਹੋ ਰਹੀ ਸੋਹਣਾ ਮਾਸ਼ਾਅੱਲਾ ਪਸਮਾ ਹੈ ਸੋਹਣਾ ਚਵਾ ਕੋਈ ਛੱਠਾ ਛੱਠਾ ਕੋਈ ਨਹੀਂ ਨਾ ਕੋਈ ਗਿਲਟੀ ਮਰੋੜ ਹਣ ਮਾਸ਼ਾਅੱਲਾ ਸੋਹਣੇ ਨੇ ਅਤੇ ਪੂਰੀ ਬੇੜੇ ਜਿਹੜੀ ਮਾਝ ਹੈ ਜਨਾਬ ਬਾਕੀ ਮਾਲਕ ਕੋਲੋਂ ਪੁੱਛਾਂਗੇ ਵੀ ਕੀ ਇਹਦਾ ਹਿਸਾਬ ਕਿਤਾਬ ਹੈ ਕਿੰਨਾ ਦੁੱਧ ਹੈ ਅਸੀਂ ਜਨਾਬੇ ਵਾਲੀ ਕੈਮਰੇ ਮੇਰੇ ਦੇ ਆਇਆ ਬੱਚਾ ਥੱਲੇ ਜਨਾਬ ਕੱਟਾ ਭਾਈ ਹੋਰੀ ਕਹਿੰਦੇ ਨੇ ਪੰਜਾਂ ਕੁ ਦਿਨਾਂ ਦੀ ਸੂਈ ਹੈ ਪੰਜਾਂ ਦਿਨਾਂ ਦੀ ਗਾੜੀ ਵਹਾਓ ਗਾੜੀ ਚਲੋ ਠੀਕ ਹੈ ਚੋ ਥੋੜ੍ਹਾ ਜਿਹਾ ਕੈਮਰੇ ਤੋਂ ਮਾਜੀ ਕਾਬਰਦੀ ਕੋਈ ਨਹੀਂ ਖੁੱਲ੍ਹ ਕੇ ਚੋਵੋ ਤੁਸੀਂ ਖੁੱਲ੍ਹ ਕੇ ਚੋਵੋ ਦੇਖੋ ਜੀ ਚਵਾਈ ਮਾਸ਼ਾਅੱਲਾ ਹੋ ਰਹੀ ਭਾਈ ਅਕਰਮ ਹੋਰੀ ਚੋ ਰਹੇ ਨੇ ਅਤੇ ਕਹਿੰਦੇ ਨੇ ਜੀ ਸਾਡੀ ਘਰ ਦੀ ਮੱਝ ਅਤੇ ਕੋਈ ਜ਼ਰੂਰਤ ਹੈ ਜਿਹਦੀ ਵਜ੍ਹਾ ਤੋਂ ਸੇਲ ਕਰ ਰਹੇ ਹਾਂ ਅਤੇ ਬਾਕੀ ਇਹ ਵੀ ਜਾਨਵਰ ਜਿਹੜੀ ਨਾ ਲੋੜ ਦੇ ਪਿੱਛੇ ਹੀ ਹੁੰਦੇ ਨੇ ਜਦੋਂ ਕਿਸੇ ਬੰਦੇ ਨੂੰ ਜ਼ਰੂਰਤ ਹੁੰਦੀ ਤਾਂ ਫਿਰ ਲੋੜ ਦੇ ਪਿੱਛੇ ਜਾਨਵਰ ਵੇਚੇ ਜਾਂਦੇ ਨੇ ਅਤੇ ਇਨਸ਼ਾਅੱਲਾ ਤਾਲਾ ਸਾਡੇ ਦਿਲ ਨੂੰ ਵੀ ਮੱਝ ਚੰਗੀ ਲੱਗੀ ਅਤੇ ਅਸੀਂ ਵੀ ਕੈਮਰੇ ਦੀਆਂ ਨਜ਼ਰਾਂ 'ਚ ਕੀਤੀ ਹੈ ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਤਾਂ ਇਨਸ਼ਾਅੱਲਾ ਤਾਲਾ ਭਾਈ ਕੋਲੋਂ ਲੈ ਕੇ ਦਿਆਂਗੇ ਚੋਣ ਬੜਾ ਸੋਹਣਾ ਜਨਾਬ ਮਾਲਕਾਂ ਦੀ ਵੀ ਇਸ ਚੀਜ਼ ਦੀ ਗਰੰਟੀ ਹੈ ਅਤੇ ਅੱਲਾ ਦੇ ਹੁਕਮ ਨਾਲ ਜਿਹੜਾ ਦੁੱਧ ਹੋਏਗਾ ਇਨਸ਼ਾਅੱਲਾ ਤਾਲਾ ਉਹ ਹੀ ਦੱਸਾਂਗੇ ਕਿਉਂਕਿ ਵੇਖੋ ਨਾ ਜਿਹੜੀ ਚੀਜ਼ ਹੋਣੀ ਚਾਹੀਦੀ ਕਿਸੇ ਭਰਾ ਕੋਲ ਜਾਵੇ ਤਾਂ ਕੱਲ੍ਹ ਨੂੰ ਇਹ ਨਾ ਆਖੇ ਵੀ ਯਾਰ ਇਹਦੇ ਥੱਲੇ ਤਾਂ ਇੰਨਾ ਸੀ ਜੋ ਕੁਛ ਵੀ ਇਨਸ਼ਾਅੱਲਾ ਤਾਲਾ ਸਾਹਮਣੇ ਹੋਏਗਾ ਭਾਈ ਅਕਰਮ ਹੋਰਾਂ ਨੇ ਕਿਹਾ ਜੀ 10 ਲੀਟਰ ਦੁੱਧ ਹੈਗਾ ਥੱਲੇ ਮੱਝ ਦੇ ਦੋ ਟਾਈਮਾਂ ਦਾ ਕਹਿੰਦੇ ਅਸੀਂ ਸਾਡੇ ਪੱਠਿਆਂ ਪੁੱਠਿਆਂ ਦੀ ਵੀ ਕੋਈ ਤੰਗੀ ਹੈ ਅਤੇ ਖਾਲ ਵੰਡਾ ਅਸੀਂ ਕੋਈ ਨਹੀਂ ਪਾਉਂਦੇ ਹਾਂ ਦੇਖੋ ਜੀ ਠੀਕ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ ਠੀਕ ਹੈ ਭਾਈ ਅਕਰਮ ਤੁਸੀਂ ਇੱਧਰ ਆਓ ਵੀਡੀਓ ਲੰਮੀ ਹੁੰਦੀ ਛੱਡ ਦਿਓ ਅਤੇ ਜ਼ਰਾ ਨਾ ਆਪਾਂ ਕਰੀਏ ਅਤੇ ਮਾਸ਼ਾਅੱਲਾ ਠੀਕ ਹੋ ਗਿਆ ਜਾਨਵਰ ਤੁਹਾਡਾ ਹੱਥ ਹੈ ਪੱਠੇ ਵੇਖੋ ਸਾਡੇ ਕਿੱਦਾਂ ਦੇ ਨੇ ਬਾਈ ਜੀ ਅੱਛਾ ਪੱਠਿਆਂ ਦੀ ਬਹੁਤ ਤੰਗੀ ਹੈਗੀ ਬਾਈ ਜੀ ਅੱਛਾ ਤਾਂ ਵਜ੍ਹਾ ਤੋਂ ਵੇਚ ਰਿਹਾ ਸਾਨੂੰ ਕੋਈ ਜ਼ਰੂਰਤ ਹੈ ਕਿਸੇ ਥੋੜ੍ਹੀ ਬਹੁਤ ਅਤੇ ਪਹਿਲੇ ਸੂਬੇ ਦੀ ਉਹ ਪਰਲੀ ਚੋਟੀ ਹੈ ਦੂਜੇ ਦੀ ਇਹ ਹੈਗੀ ਤੀਜੇ ਦਾ ਕੱਟਾ ਹੈਗਾ ਅੱਛਾ ਤੀਜੇ ਦਾ ਕੱਟਾ ਹੈਗਾ ਹਾਂਜੀ ਅੱਛਾ ਭਾਈ ਅਕਰਮ ਹੁਣੇ ਦੀ ਕੀ ਡਿਮਾਂਡ ਕਰਨੀ ਆਓ ਹਾਂ ਕੈਮਰੇ ਦੇ ਸਾਹਮਣੇ ਅਤੇ ਤੁਹਾਡੀ ਜਿਹੜੀ ਨਾ ਮੱਝ ਇਨਸ਼ਾਅੱਲਾ ਤਾਲਾ ਠੀਕ ਹੈ 200 ਤਾਂ ਅਸੀਂ ਵੇਚ ਲਿਆ ਜਿਹੜਾ ਡਿਮਾਂਡ ਹੈਗੀ ਬਾਈ ਜੀ 2,10,000 ਦਾ 2,10,000 ਉਹ ਨਹੀਂ ਯਾਰ ਇੱਕ ਮਿੰਟ ਮੈਨੂੰ ਜਾਣ ਦੇ ਇੱਧਰ ਆਉਣਾ ਅਸਲਾਮ ਵਾਲੇਕੁਮ ਵਾਲੇਕੁਮ ਪੰਜਾਂ ਨੇ ਇੱਧਰ ਦੇਖੋ ਕੈਮਰੇ ਬੰਨੇ ਪਤਾ ਹੀ ਕੀ ਰੌਲਾ ਹੈ ਤੁਹਾਡੀ ਮੱਝ ਤੁਹਾਡੀ ਵੇਚ ਲਈਏ ਠੀਕ ਹੈ ਕਿ ਨਹੀਂ ਅਤੇ ਆਪਾਂ ਜਿਹੜਾ ਨਾ 2,10,000 ਨਹੀਂ ਸੋਹਣੀ ਜੀ ਡਿਮਾਂਡ ਕਰਨੀ ਜਿੰਨੇ ਦੀ ਆਪਾਂ ਨਾ ਕੋਈ ਫਾਈਨਲ ਕੁਛ ਸੋਹਣੀ ਜੀ ਗੱਲ ਕਰੋ ਕਿੰਨੇ ਦੀ ਦੇਣੀ ਚਲੋ ਫਿਰ ਕਰ ਲਾਂਗੇ ਜਿੱਦੇ ਤੂੰ ਕਹੀ 2,00,000 ਪੂਰੇ ਦੀ ਲੈ ਜਾਓ 2,00,000 ਪੂਰੇ ਦੀ ਹਾਂਜੀ ਅੱਛਾ ਯਾਰ 2,00,000 ਵੀ ਕੋਈ ਬਹੁਤਾ ਹੈ ਕੋਈ ਨਾ ਕੋਈ ਪਿਆਰ ਮੁਹੱਬਤ ਕਰਕੇ ਸੋਹਣਾ ਜਿਹਾ ਮੁੱਲ ਕਰੋ ਠੀਕ ਹੈ ਸੋਹਣਾ ਜਿਹਾ ਕੀਤਾ ਕਿ ਮੈਂ ਤੈਨੂੰ 10 ਛੱਡਦਾ ਬਾਈ ਅੱਛਾ 10 ਛੱਡਦਾ ਸੋਹਣਾ ਜਿਹਾ ਮੁੱਲ ਕੀਤਾ ਅੱਛਾ ਆਪਦਾ ਰਾਬਤਾ ਨੰਬਰ ਦੱਸੋ ਰਾਬਤਾ ਨੰਬਰ ਦੱਸੀਏ 0342 0495 ਦੁਬਾਰਾ ਫਿਰ ਬੋਲੋ 0342 0495 ਅੱਛਾ ਇਹ ਭਾਈ ਅਕਰਮ ਹੋਰਾਂ ਦਾ ਨੰਬਰ ਹੈ ਜਨਾਬ ਰਾਬਤਾ ਨੰਬਰ ਵੇਖੋ ਮਾਲਕਾਂ ਦੀ ਅਸੀਂ ਇਸ ਗੱਲ ਨੂੰ ਨੰਬਰ ਦਿੰਦੇ ਹਾਂ ਕਿ ਤਾਂ ਕਿ ਤੁਸੀਂ ਆਪਣੇ ਮਾਮਲਾ ਤੈਅ ਕਰ ਸਕੋ ਅਗਰ ਕਿਸੇ ਭਰਾ ਦੇ ਪਸੰਦ ਆ ਜਾਈਏ
ਇਹਨਾਂ ਨਾਲ ਤੁਸੀਂ ਖੁਦ ਵੀ ਰਾਬਤਾ ਕਰ ਸਕਦੇ ਜੀ। ਅੱਛਾ ਟਾਈਮ ਤੋਂ ਟਾਈਮ ਇੰਨਾ ਦੁੱਧ ਪਾਈ ਜਾਂਦਾ? ਹਾਂਜੀ ਬਾਈ ਜੀ। ਕਿੰਨਾ ਦੁੱਧ ਤੁਹਾਡੇ ਹਿਸਾਬ ਨਾਲ? ਹੋਰ ਗੜਵੀ ਹੁਣ ਆਪਣੇ ਗੜਵੀ ਮਾਰ ਲਿਆ ਜੇ 10 ਲੀਟਰ ਪੱਕਾ ਹੋਏਗਾ, 10 ਲੀਟਰ ਪੱਕਾ ਹੋਏਗਾ ਤੇ ਬਾਕੀ ਅਗਾਂ ਵਧੇਗੀ ਜੀ। ਵਧੇਗੀ ਇਨਸ਼ਾਅੱਲਾ, ਤੁਸੀਂ ਵੰਡ ਛੱਡ ਪਲਾਸ 17 ਲੀਟਰ ਕਰਨਾ, ਕੋਈ ਵੰਡ ਨਹੀਂ, ਤੂੜੀ ਸਾਰੀ ਸੁੱਕੀ ਪਾਈ ਜਾਂਦੇ। ਅੱਛਾ ਠੀਕ ਹੋ ਗਿਆ ਜੀ, ਜਾਨਵਰ ਤੁਹਾਨੂੰ ਹੱਥ ਹੈ ਤੇ ਮੇਰਾ ਰਾਬਤਾ ਨੰਬਰ 0314-3976-252 ਇਸ ਦੇ ਨਾਲ ਹੀ ਰਾਏ ਸਾਕਬ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਤਾਲਾ ਇੱਕ ਲਾਜਵਾਬ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਮਾਸ਼ਾਅੱਲਾ ਇਹ ਗੱਡੀ ਦੀ ਮੱਝ ਹੈ ਜਨਾਬ, ਪੂਰੇ ਵੱਡੇ ਜੋੜਾਂ 'ਚ। ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਉਂਦੀ ਤਾਂ ਭਾਈ ਅਕਰਮ ਕੋਲੋਂ ਲੈ ਕੇ ਦਿਆਂਗੇ। ਅਤੇ ਬਾਕੀ ਜੋ ਕੁਛ ਵੀ ਸੀ ਕੈਮਰੇ ਦੀ ਅੱਖਾਂ ਦੇ ਸਾਹਮਣੇ ਸੀ, ਇਸ ਨਾਲ ਹੀ ਰਾਏ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।